chapter number 9 differential equations the exercise 9.5 ch karo ye exercise pehla nalo sokhi kyun kyunki inde ch aapa gall karni hai linear differential equation aapa jadon 10th ch ya is to pehla equations di gall karde ha utthe linear shabd aunda hai punjabi ch linear nu rekhi samikaran vi kehnde ha matlab jinde ch variable di power kinni hove मतलब डिफरेंशियल इक्वेशन यानी कि डेरिवेटिव केड़ी डिग्री का होगा बस फॉर 1 डिग्री डेरिवेटिव नु ही आपा सॉल्व कर ठीक है ते करण दा तरीका की है ते किवें पता चलूगा हुन देखो तुसी आज दा आपा नु पता कि आपा ए एक्सरसाइज करन लगे कि मतलब एदा दा क्वेश्चन सॉल्व करना है पर जदो पेपर च या मान लो आपा चैप्टर नंबर 9 दा टेस्ट लेन लगे ओदो दा सारे सवाल इकट्ठे होंगे ओदो किवें पहचान करांगे कि ए लीनियर डिफरेंशियल इक्वेशन है कि नहीं वो पहला पहचान करनी फिर उनका सोल्यूशन किवें करना वो आप अज देख लो ठीक है पहला शक्ल देखने कि किवें दी पहचान हो जिथे डिफरेंशियल इक्वेशन दी शक्ल ए था p ते q की है फंक्शंस ऑफ x कोई भी किवें मान लो जो एदा की शक्ल बनती होगी लीनियर डिफरेंशियल इक्वेशन कहेंगे इतने डेरिवेटिव की पावर है भी वन ऑर्डर डेरिवेटिव ते पावर भी समझ लगी इन्हें सॉल्व किवें करना है बहुत ही सौख है कि आप सीधा लाना है इंटीग्रेटिंग फैक्टर ई इंटैग्रल माइनस ई डी मतलब कि ई इंटैग्रल माइनस पी का हम इतने की वैल्यू बनती है ई एक्स वो लावे इन वैल्यू कट दें जो भी आऊगी वैल्यू कट के सीधी इक्वेशन पुट कर देंगे जवाब आ मतलब जिमें पिछले क्वेश्चन जब वाहवा सारा पंगा करते तो अद्धा काम रह जाना ठीक है एक मोटा मोटा मैं थानू दसा कि तरीका पहला की किमें पहचान करनी है जेडी इक्वेशन की शक्ल एदा की होगी डी वाई बाय डी एक्स प्लस पी वाई बराबर क्यू पी ते क्यू की है फंक्शन ऑफ एक्स तो उन्होंने सॉल्व किमें करना है इंटीग्रेट इन आई एन का मतलब इंटीग्रेटिंग फैक्टर हाँ उनकी वैल्यू की है ई इंटैग्रल सिर पे पावर माइनस पी डी एक्स कट के मल्टीप्लाई करके कर देना हूं आप प्रॉपर कर इन गल पता चल गई पक्की
ਗੱਲ ਹੈ, ਕਈ ਕੁਐਸਚਨਾਂ ਜੋ ਤੁਸੀਂ ਦੇਖੋਗੇ ਆਪਣੇ ਕੋਲ ਡੀ ਵਾਈ ਬਾਈ ਡੀ ਐਕਸ ਅਤੇ ਕੁਛ ਆਊਗਾ, ਮੰਨ ਲਓ ਆ ਪਰ ਆਪਾਂ ਨੂੰ ਪਤਾ ਕਿ ਆਪਾਂ ਨੂੰ ਇੱਦਾਂ ਦੀ ਸ਼ਕਲ ਚਾਹੀਦੀ ਹੈ ਜਿੱਥੇ ਡੀ ਵਾਈ ਬਾਈ ਡੀ ਐਕਸ ਇਕੱਲਾ ਹੈ, ਕੁਛ ਨਾਲ ਨਹੀਂ ਹੈ, ਤਾਂ ਉਸ ਕੇਸ 'ਚ ਆਪਾਂ ਹਰ ਹਾਲ 'ਚ ਡੀ ਵਾਈ ਬਾਈ ਡੀ ਐਕਸ ਨਾਲ ਜੋ ਵੀ ਹੋਊਗਾ ਉਹਨੂੰ ਸਾਰੀ ਇਕੁਏਸ਼ਨਾਂ ਕੀ ਕਰ ਦਾਂਗੇ ਭਾਵ, ਤਾਂ ਕਿ ਇੱਥੋਂ ਇਹ ਕੀ ਹੋ ਜੂਗਾ ਕੱਟਿਆ ਜਾਵੇ, ਸਮਝ ਲੱਗ ਪੱਕੀ ਗੱਲ ਆ ਇਕੁਏਸ਼ਨ ਲਿਖੀ ਹੈ। ਹੁਣ ਪਹਿਲਾਂ ਦੇਖੀਏ ਡੀ ਵਾਈ ਬਾਈ ਡੀ ਐਕਸ ਲਿਖਣ ਦਾ ਤਰੀਕਾ ਕੀ ਹੈ, ਕੰਪੇਅਰ ਇਟ ਠੀਕ ਹੈ, ਤਾਂ ਆਪਾਂ ਕੀ ਕਰਦੇ ਪ੍ਰੋਪਰ ਤਰੀਕਾ ਨਹੀਂ ਲਿਖਣ ਦਾ ਲਿਖਦੇ, ਜਿਹਦੇ ਕਰਕੇ ਅੱਧੇ ਨੰਬਰ ਇੰਪ੍ਰੈਸ ਨਹੀਂ ਹੋ ਪਾਉਂਦਾ ਚੈੱਕ ਕਰਨ ਨਾਲ, ਠੀਕ ਹੈ ਨਾ। ਇੰਪ੍ਰੈਸ ਕਰਨ ਲਈ ਲਿਖਣ ਦਾ ਤਰੀਕਾ ਵੀ ਆਉਣਾ ਚਾਹੀਦਾ, ਉਹਦੇ ਲਈ ਐਂ ਲਿਖਣਾ ਹੁੰਦਾ ਕੰਪੇਅਰ ਇਟ ਵਿਦ ਡੀ ਵਾਈ ਬਾਈ ਡੀ ਐਕਸ ਪਲੱਸ ਪੀ ਵਾਈ ਇਜ਼ ਇਕੁਅਲ ਟੂ ਕਿਊ। ਪਹਿਲਾਂ ਆਪਾਂ ਦੇਖ ਲੈਣਾ ਸ਼ਕਲ ਡੀ ਵਾਈ ਬਾਈ ਡੀ ਐਕਸ ਇਕੱਲੀ ਹੈ, ਅੱਛਾ ਇੱਥੇ ਦੂਜੀ ਰਕਮ ਇਕੱਲੀ ਵਾਈ ਹੈ, ਠੀਕ ਹੈ, ਅਤੇ ਇੱਥੇ ਇਕੱਲਾ ਫੰਕਸ਼ਨ ਆਫ ਐਕਸ ਹੈ। ਇਹ ਮੈਂ ਦਿਮਾਗ 'ਚ ਚੈੱਕ ਕੀਤਾ ਪਹਿਲਾਂ, ਜਦੋਂ ਮੇਰੇ ਦਿਮਾਗ ਨੇ ਕਹਿਤਾ ਕਿ ਹਾਂ ਇਹ ਉੱਦਾਂ ਦੀ ਸ਼ਕਲ ਬਣਦੀ ਹੈ, ਫਿਰ ਮੈਂ ਇੱਥੇ ਲਿਖਿਆ। ਹੁਣ ਇੱਥੇ ਪੀ ਦਾ ਮੁੱਲ ਕਿੰਨਾ ਹੋ ਗਿਆ 2, ਕਿਆ ਉਹਦਾ ਮੁੱਲ ਸਾਈਨ, ਠੀਕ ਹੈ। ਹੁਣ ਇੱਥੇ ਆਪਾਂ ਇੰਟੀਗ੍ਰੇਟਿੰਗ ਫੈਕਟਰ, ਉਹਨੂੰ ਸ਼ਾਰਟਕਟ 'ਚ ਆਈ ਐਫ ਲਿਖਦੇ ਹਾਂ, ਠੀਕ ਹੈ, ਈ ਇੰਟੈਗਰਲ ਪੀ ਡੀ ਐਕਸ, ਪੀ ਡੀ ਐਕਸ, ਠੀਕ ਹੈ। ਈ ਪੀ ਦਾ ਮੁੱਲ ਕਿੰਨਾ ਕੱਢਿਆ 2 ਅਤੇ ਡੀ ਐਕਸ, ਈ ਇੰਟੈਗਰਲ 2 ਡੀ ਐਕਸ ਕਿੰਨਾ ਜਵਾਬ ਆਇਆ, ਈ ਉਵੇਂ 2 ਉਵੇਂ, ਇੰਟੈਗਰਲ ਡੀ ਐਕਸ ਦਾ ਮੁੱਲ ਕਿੰਨਾ ਹੋ ਗਿਆ ਐਕਸ, ਕਿੰਨਾ ਗਿਆ। ਹੁਣ ਇਹਦਾ ਇਹ ਕੱਢ ਲਿਆ, ਸਲਿਊਸ਼ਨ ਕਿਵੇਂ ਕੱਢਣਾ ਹੈ, ਡੀ ਵਾਈ ਬਾਈ ਡੀ ਐਕਸ ਸਿੱਧਾ ਜਾਂ ਸਿੱਧਾ ਹੀ ਲਿਖ ਲਓ, ਇਹ ਵੀ ਲਿਖਣ ਦੀ ਲੋੜ ਨਹੀਂ, ਇਹ ਵੀ ਸਟੈਪ ਛੱਡ ਸਕਦੇ ਹਾਂ, ਵਾਈ ਇੰਟੂ ਆਹ ਈ ਟੂ ਐਕਸ ਬਰਾਬਰ ਇੰਟੈਗਰਲ ਈ ਟੂ ਐਕਸ ਇੰਟੂ ਕਿਊ ਕੀ ਹੈ ਸਾਈਨ ਐਕਸ ਡੀ ਐਕਸ ਪਲੱਸ ਸੀ, ਆਹ ਸਲਿਊਸ਼ਨ ਹੈ, ਸਲਿਊਸ਼ਨ ਇਸ। ਹੁਣ ਬਸ ਕੀ ਕੰਮ ਰਹਿ ਗਿਆ ਆਪਣਾ, ਇੰਨਾ ਇੰਟੈਗਰਲ ਸੋਲਵ ਕਰਨਾ ਹੈ, ਫਾਰਮੂਲਾ ਕੀ ਹੈ ਵਾਈ ਇੰਟੂ ਇੰਟੀਗ੍ਰੇਟਿੰਗ ਫੈਕਟਰ ਬਰਾਬਰ ਇੰਟੈਗਰਲ ਇੰਟੀਗ੍ਰੇਟਿੰਗ ਫੈਕਟਰ ਕਿਊ ਡੀ ਐਕਸ ਪਲੱਸ ਸੀ। ਹੁਣ ਆਪਣਾ ਕੰਮ ਕੀ ਰਹਿ ਗਿਆ, ਇਸ ਇੰਟੈਗਰਲ ਨੂੰ ਲੱਭਣਾ, ਜਦੋਂ ਆਪਣਾ ਇਸ ਇੰਟੈਗਰਲ ਆਪਣੇ ਕੋਲ ਆ ਗਿਆ ਆਪਣਾ ਕੰਮ ਖਤਮ, ਇੱਥੇ ਭਰ ਦਾਂਗੇ ਆਪਾਂ ਇੰਟੈਗਰਲ ਸੋਲਵ। ਇੰਟੈਗਰਲ ਸੋਲਵ ਕਰਨ ਲਈ ਇਕੱਲੀ ਆਹ ਚੀਜ਼ ਚਾਹੀਦੀ ਹੈ, ਮੈਂ ਇਹਨੂੰ ਇੱਕ ਨਵਾਂ ਨਾਮ ਦੇ ਲੈਂਦੀ ਹਾਂ, ਇਕੱਲੇ ਇਸ ਇੰਟੈਗਰਲ ਨੂੰ ਆਈ ਦੇ ਲੈਂਦੀ ਹਾਂ। ਕਿਉਂ ਆਈ ਦੇ ਲੈਂਦੀ ਹੈ, ਇਹਦਾ ਵੀ ਇੱਕ ਪਿੱਛੇ ਟ੍ਰਿਕ ਹੈ, ਇਹ ਮੈਨੂੰ ਐਕਸਪੀਰੀਅੰਸ ਨਾਲ ਪ੍ਰੈਕਟਿਸ ਨਾਲ ਇਹ ਟ੍ਰਿਕ ਪਤਾ ਹੈ ਤਾਂ ਮੈਂ ਕਹਿਣ ਲੱਗੀ ਹਾਂ। ਉਹ ਕੀ ਹੈ, ਕੀ ਟ੍ਰਿਕ ਹੈ ਕਿ ਜਦੋਂ ਇੰਟੈਗਰਲ ਦੇ ਅੰਦਰ ਦੇਖੋ ਆਈ ਕੋ ਫੰਕਸ਼ਨ ਐਕਸ ਦਾ, ਆਹ ਵੀ ਫੰਕਸ਼ਨ ਐਕਸ ਦਾ, ਯਾਨੀ ਕਿ ਇੰਟੈਗਰਲ ਦੇ ਅੰਦਰ 2 ਫੰਕਸ਼ਨ ਹੋ ਗਏ ਐਕਸ ਦੇ, ਤਾਂ ਇੱਥੇ ਪ੍ਰੋਡਕਟ ਰੂਲ ਇੰਟੀਗ੍ਰੇਸ਼ਨ ਬਾਏ ਪਾਰਟਸ ਲੱਗੂਗਾ, ਇੰਨੀ ਗੱਲ ਸਮਝ ਆ ਗਈ। ਹੁਣ ਆਪਾਂ ਇਹ ਗੱਲ ਕਹੀਏ ਕਿ ਇਸ ਪੂਰਾ ਸੋਲੂਸ਼ਨ 'ਚੋਂ ਆਪਣਾ ਬਸ ਆਹ ਚੀਜ਼ ਹੱਲ ਕਰਨ ਨਾਲ ਹੀ ਰਹਿੰਦੀ, ਜਦੋਂ ਇਹ ਮੈਂ ਹੱਲ ਕਰ ਲਿਆ ਤਾਂ ਮੈਂ ਇਹਦਾ ਜਵਾਬ ਇੱਥੇ ਲਿਖ ਦੂੰਗੀ, ਫਿੱਟ ਕਰ ਦੂੰਗੀ, ਤਾਂ ਸਾਰਾ ਸੋਲੂਸ਼ਨ ਪੱਕਾ ਫਾਈਨਲ ਹੋ ਜੂਗਾ। ਤਾਂ ਫਿਰ ਮੈਂ ਇਹਦੇ 'ਚੋਂ ਇੰਨਾ ਸਾਰੀ ਚੀਜ਼ ਦੁਬਾਰ ਦੁਬਾਰ ਤੋਂ ਲਿਖਣ ਦੇ ਬਜਾਏ ਇਕੱਲਾ ਇਹੀ ਚੀਜ਼
ਚੱਕ ਲਓ, ਇਹਦਾ ਚੱਕ ਕੇ ਮੈਨੂੰ ਅਲੱਗ ਤੌਰ ਤੇ ਸਾਰਾ ਸੋਲਵ ਕਰ ਲੈਣਾ, ਸੋਲਵ ਕਰਕੇ ਜੋ ਜਵਾਬ ਆਊਗਾ ਮੈਂ ਇੱਥੇ ਫਿੱਟ ਕਰ ਦੂੰਗੀ, ਇੰਨੀ ਜਗ੍ਹਾ ਤੇ ਕੰਮ ਖਤਮ। ਠੀਕ ਹੈ, ਹੁਣ ਮੇਰੇ ਕਹਿਣ ਦਾ ਇਹ ਮਤਲਬ ਹੈ ਕਿ ਕਿਉਂ ਮੈਨੂੰ ਅਲੱਗ ਚੱਕਿਆ, ਕਿਉਂ ਇੱਥੇ ਨੀ ਨਾਲ ਦੀ ਨਾਲ ਕਰੀ ਗਈ। ਪਹਿਲੀ ਗੱਲ ਤਾਂ ਦੁਆਰ ਦੁਆਰ ਤੋਂ ਚੀਜ਼ਾਂ ਲਿਖਣੀਆਂ ਪੈਣਗੀਆਂ। ਦੂਜੀ ਗੱਲ ਜਿਹੜਾ ਮੇਨ ਟ੍ਰਿਕ ਕਹਿੰਦੇ ਤੇ ਕਿ ਇਸ ਦੋ ਫੰਕਸ਼ਨ ਹੈ ਐਕਸ ਦੇ, ਤੇ ਦੋਵਾਂ ਵਿੱਚੋਂ ਇੱਕ ਫੰਕਸ਼ਨ ਜਿਹੜਾ ਈ ਹੈ ਇੱਕ ਸਾਈਨ ਹੈ, ਇਹਨੇ ਕਦੀ ਖਤਮ ਨਹੀਂ ਹੋਣਾ। ਜਿੰਨੀ ਵਾਰ ਮਰਜ਼ੀ ਇੰਟੈਗਰਲ ਲਈ ਚਲੋ, ਈ ਤਾਂ ਰਹਿੰਦਾ ਹੀ ਰਹਿੰਦਾ, ਤੇ ਸਾਈਨ ਨੇ ਵੀ ਕਦੀ ਖਤਮ ਨਹੀਂ ਹੋਣਾ। ਕਿਉਂ ਸਾਈਨ ਦਾ ਜੇ ਆਪਾਂ ਪ੍ਰੋਡਕਟ ਨੂੰ ਲਾਵਾਂਗੇ, ਪਹਿਲੀ ਵਾਰ ਡੈਰੀਵੇਟਿਵ ਕੌਸ ਆਊਗਾ, ਫਿਰ ਕੌਸ ਦਾ ਸਾਈਨ ਬਣੀ ਜਾਊਗਾ, ਸਾਈਨ ਦਾ ਕੌਸ, ਕੌਸ ਦਾ ਸਾਈਨ, ਆਹੀ ਕੰਮ ਚੱਲੀ ਜਾਂਦਾ। ਯਾਨੀ ਕਿ ਦੋਵਾਂ ਫੰਕਸ਼ਨਾਂ ਨੇ ਖਤਮ ਨਹੀਂ ਹੋਣਾ। ਹਾਂ ਇਹ ਹੈ ਕਿ ਪਹਿਲੀ ਵਾਰ ਡੈਰੀਵੇਟਿਵ ਲਵਾਂਗੇ ਸ਼ਕਲ ਹੋਰ ਬਣ ਜੂਗੀ, ਦੂਜੀ ਵਾਰ ਡੈਰੀਵੇਟਿਵ ਲਵਾਂਗੇ ਪਹਿਲੇ ਤੇ ਪਹੁੰਚ ਜਾਂਗੇ, ਸਾਈਨ ਦਾ ਡੈਰੀਵੇਟਿਵ ਕੌਸ ਬਣੂਗਾ, ਕੌਸ ਦਾ ਫੇਰ ਵਾਪਸ ਕਿੱਥੇ ਪਹੁੰਚ ਜਾਂਦੇ ਸਾਈਨ। ਯਾਨੀ ਕਿ ਆਪਾਂ ਇੱਕ ਪੈਂਡੂਲਮ ਵਾਂਗੂ ਇੱਕ ਤੋਂ ਦੋ ਤੇ ਤੁਰਦੇ ਰਹਾਂਗੇ, ਦੋ ਤੋਂ ਇੱਕ ਤੇ, ਇੱਕ ਤੋਂ ਦੋ, ਦੋ ਤੋਂ ਇੱਕ, ਐਵੇਂ ਤੁਰ ਜਾਵਾਂਗੇ। ਤਾਂ ਆਪਾਂ ਅਕਲਮੰਦੀ ਨਾਲ ਕੀ ਕਰਾਂਗੇ, ਜਦੋਂ ਪਹਿਲੇ ਤੋਂ ਦੋ ਤੋਂ ਪਹੁੰਚੇ ਫਿਰ ਦੋ ਤੋਂ ਵਾਪਸ ਕਿੱਥੇ ਪਹੁੰਚਾਂਗੇ, ਇੱਕ ਤੇ, ਤਾਂ ਉੱਥੇ ਆਪਾਂ ਦੁਆਰ ਤੋਂ ਦਾ ਕੀ ਨਾਮ ਰੱਖਿਆ, ਉਹ ਭਰ ਦਾਂਗੇ। ਤੇ ਉਹਦੇ ਨਾਲ ਸ਼ਾਰਟਕਟ ਆਪਾਂ ਅਕਲਮੰਦੀ ਨਾਲ ਸਿਰਫ ਪਹਿਲੇ ਗੇੜੇ ਚ ਕੰਨ ਵੇਟ, ਤੇ ਉਹ ਜਿਹੜਾ ਜਵਾਬ ਹੋਊਗਾ ਉੱਥੇ ਰੱਖਾਂ। ਹੁਣ ਸਮਝ ਲੱਗੀ ਕਿ ਕਿਉਂ ਮੈਂ ਇੱਥੇ ਨਹੀਂ ਕਰਦੀ, ਮੈਂ ਇਹਨੂੰ ਅਲੱਗ ਨਾਮ ਦਿੱਤਾ। ਜੇ ਮੈਂ ਇੱਥੇ ਕਰੂੰਗੀ ਫਿਰ ਉਹ ਇਹਦਾ ਨਾਮ ਨਹੀਂ ਦਿੱਤਾ ਨਾ, ਫਿਰ ਉਹ ਇੱਥੇ ਆਪਾਂ ਉਸ ਗੇੜੇ ਚ ਘੁੰਮੀ ਜਾਵਾਂਗੇ। ਹੁਣ ਕੀ ਕਰਾਂਗੇ, ਪਹਿਲਾ ਫੰਕਸ਼ਨ ਇਹਨੂੰ ਮੰਨਾਂਗੇ, ਦੂਜਾ ਫਸਟ ਫੰਕਸ਼ਨ ਐਜ਼ ਇਟ ਇਜ਼ ਇੰਟੈਗਰਲ ਆਫ ਸੈਕੰਡ, ਸਾਈਨ ਦਾ ਇੰਟੈਗਰਲ ਮਾਈਨਸ ਕੌਸ ਹੋ ਗਿਆ, ਮਾਈਨਸ ਇੰਟੈਗਰਲ ਇਹਦਾ ਕਿੰਨਾ ਹੋਗਾ ਈ ਟੂ ਐਕਸ ਬਟੇ ਦੋ, ਤੇ ਇਹਦਾ ਇੰਟੈਗਰਲ ਆ ਗਿਆ ਮਾਈਨਸ, ਇਹਦਾ ਡੈਰੀਵੇਟਿਵ ਨਾ, ਤਾਂ ਡੈਰੀਵੇਟਿਵ ਆਫ ਫਸਟ ਇੰਟੈਗਰਲ ਆਫ ਸੈਕੰਡ ਹੈ ਨਾ, ਇਹਦਾ ਡੈਰੀਵੇਟਿਵ ਫਿਰ ਟੂ ਆਊਗਾ, ਠੀਕ ਹੈ, ਨਾਲ ਆ ਗਿਆ ਇੰਨਾ ਪਤਾ ਚੱਲ ਗਿਆ, ਸਮਝ ਲੱਗ ਗਈ। ਫਸਟ ਫੰਕਸ਼ਨ ਹੋ ਗਈ, ਦੂਜੇ ਦਾ ਇੰਟੈਗਰਲ ਉਹ ਆਉਂਦਾ ਮਾਈਨਸ, ਫਿਰ ਇੰਟੈਗਰਲ ਲੈ ਲੈਣਾ ਪਹਿਲੇ ਦਾ ਡੈਰੀਵੇਟਿਵ ਨਾਲ, ਫਿਰ ਦੂਜੇ ਦਾ ਇੰਟੈਗਰਲ, ਠੀਕ ਹੈ। ਹੁਣ ਆ ਗਿਆ ਮਾਈਨਸ ਬਾਹਰ ਈ ਟੂ ਐਕਸ ਤੇ ਕੌਸ ਐਕਸ, ਇੱਧਰ ਆਈ ਟੂ ਐਕਸ, ਠੀਕ ਹੈ, ਆ ਮਾਈਨਸ ਮਾਈਨਸ ਪਲੱਸ ਦੋ ਬਾਰ ਈ ਟੂ ਐਕਸ ਕੌਸ ਐਕਸ ਡੀ ਐਕਸ। ਹੁਣ ਇਹਨੂੰ ਫਿਰ ਪਹਿਲਾਂ ਦੇ ਮਾਈਨਸ ਈ ਟੂ ਐਕਸ ਕੌਸ ਐਕਸ ਫਸਟ ਫੰਕਸ਼ਨ ਓਨਲੀ, ਦੂਜੇ ਦਾ ਇੰਟੀਗ੍ਰੇਸ਼ਨ ਕੀ ਆਊਗਾ, ਕੌਸ ਐਕਸ ਦੀ ਇੰਟੀਗ੍ਰੇਸ਼ਨ ਮਾਈਨਸ ਆ ਦੋ ਓਨਲੀ ਇੰਟੈਗਰਲ, ਇਹਦਾ ਡੈਰੀਵੇਟਿਵ ਉਹ ਫਿਰ ਟੂ ਈ ਵੀ ਟੂ ਐਕਸ ਕੌਸ ਐਕਸ ਦਾ ਇੰਟੈਗਰਲ ਸਾਈਨ ਐਕਸ ਡੀ। ਹੁਣ ਆ ਦੋ ਮੈਂ ਬਾਹਰ ਕੱਢ ਦੂੰਗੀ ਤੇ ਦੋ ਦੂਣੀ ਕਿੰਨਾ ਹੋ ਗਿਆ ਚਾਰ, ਹੁਣ ਆ ਸਾਰੀ ਚੀਜ਼ ਆ ਗਈ ਬਣੀ, ਤਾਂ ਹੁਣ ਇਹ ਚਾਰ ਤੇ ਆ ਪੂਰੀ ਇੰਟੈਗਰਲ ਕੀ ਲਿਖ ਦੂੰਗੀ, ਉਹ ਚਾਰ ਆਈ ਕਿੱਧਰ, ਆਈ ਦੇ ਨਾਲ ਆਈ ਮਾਈਨਸ ਈ ਟੂ ਐਕਸ ਕੋਸ ਐਕਸ ਪਲੱਸ ਟੂ ਈ ਟੂ ਐਕਸ ਸਾਈਨ ਐਕਸ ਮਾਈਨਸ ਫੋਰ ਆਈ ਆਈ ਕੀ ਹੈ ਈ ਟੂ ਐਕਸ ਸਾਈਨ ਐਕਸ ਡੀ ਐਕਸ।
ਠੀਕ ਹੈ ਜੀ। ਹੁਣ ਮਾਈਨਸ ਚਾਰ ਆਈ ਇੱਧਰ ਆ ਤਾਂ ਸਾਈਨ ਕੀ ਕਰਾਂਗੇ ਬਦਲਾਂਗੇ, ਆਈ ਪਲੱਸ ਚਾਰ ਆਈ ਕਿੰਨਾ ਆਈ ਬਣ ਗਿਆ ਪੰਜ ਆਈ, ਮਾਈਨਸ ਈ ਟੂ ਐਕਸ ਕੋਸ ਐਕਸ ਪਲੱਸ ਟੂ ਈ ਟੂ ਐਕਸ ਸਾਈਨ। ਹੁਣ ਆ ਪੰਜ ਕਿੱਥੇ ਜਾਊਗਾ ਥੱਲੇ, ਮਾਈਨਸ ਈ ਟੂ ਐਕਸ ਬਟੇ ਪੰਜ ਕੋਸ ਐਕਸ ਪਲੱਸ ਟੂ ਈ ਟੂ ਐਕਸ ਸਾਈਨ ਐਕਸ ਬਟੇ ਪੰਜ। ਹੁਣ ਇਹ ਜਿਹੜਾ ਮੈਂ ਕਿਹਾ ਸੀ ਉੱਥੇ ਸੋਲਿਊਸ਼ਨ ਲਿਖ ਦਿੰਦੀ ਹਾਂ ਕਿ ਵਾਈ ਇੰਟੂ ਈ ਦੀ ਕੀ ਸੀਗਾ ਟੂ ਐਕਸ ਬਰਾਬਰ ਕਿਉਂ ਦਾ ਆ ਗਿਆ ਮਾਈਨਸ ਈ ਟੂ ਐਕਸ ਬਟੇ ਫਾਈਵ ਕੋਸ ਐਕਸ ਪਲੱਸ ਟੂ ਬਟੇ ਫਾਈਵ ਈ ਟੂ ਐਕਸ ਸਾਈਨ ਐਕਸ ਪਲੱਸ ਕੀ ਸੀਗਾ ਸੀ ਆ ਸੋਲਿਊਸ਼ਨ ਆ ਫਾਈਨਲ।